ਅੱਜ ਲੋਕਡਾਊਨ ਦੇ ਕਾਰਨ ਜਿੱਥੇ ਇੰਨੇ ਜ਼ਿਆਦਾ ਲੋਕਾਂ ਦਾ ਕੰਮ ਠੱਪ ਹੋ ਚੁੱਕਾ ਪਰ ਅਜੇ ਵੀ ਇਹਨਾਂ ਵੱਲੋਂ ਜਿਹੜੀਆਂ ਛਬੀਲਾਂ ਜਾਂ ਲੰਗਰ ਲਾਉਣੇ ਬੰਦ ਨਹੀਂ ਹੋਏਗੇ ਉਹ ਵੀ ਲਗਾਤਾਰ ਨਿਯੰਤਰਣ ਜਾਰੀ ਹੈ ਜੋ ਆਪਣਾ ਘੱਲੂਘਾਰਾ ਹੋਇਆ ਸੀਗਾ ਜੀ 6 ਜੂਨ ਉਹਨੂੰ ਸਮਰਪਿਤ ਛਬੀਲ ਲਗਾਈ ਹੈ ਪਹਿਲਾਂ ਐਮਰਜੈਂਸੀ ਲੱਗੀ ਸੀਗੀ ਇੰਦਰਾ ਗਾਂਧੀ ਦੇ ਟਾਈਮ ਉਦੋਂ ਵੀ ਸੰਤਾਂ ਨੇ 37 ਜਲੂਸ ਕੱਢ ਕੇ ਐਮਰਜੈਂਸੀ ਤੋੜੀ ਸੀਗੀ ਸੋ ਐਵੇਂ ਹੀ ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਐਵੇਂ ਹੁਣ ਫਿਰ ਅਸੀਂ ਛਬੀਲਾਂ ਹਰਾ ਰਹੇ ਹਾਂ ਅੰਦੋਲਨ ਚੱਲ ਰਿਹਾ ਹੈ ਉਵੇਂ ਵੀ ਲੋਕਡਾਊਨ ਦੇ ਕਰਕੇ ਕੰਮ ਜਿਹੜੇ ਠੱਪ ਹੋ ਚੁੱਕੇ ਨੇ ਪਰ ਫਿਰ ਵੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਦੇਖੋ ਕਿੰਨਾ ਜ਼ਿਆਦਾ ਖਰਚਾ ਆ ਜਾਂਦਾ ਬਰਫ਼ ਵੀ ਲਿਆਉਣੀ ਖੰਡ ਦੇ ਗੱਟੇ ਵੀ ਤੁਸੀਂ ਲਿਆ ਕੇ ਇੱਥੇ ਜਿਹੜੀ ਛਬੀਲਾਂ ਵਰਤਾ ਰਹੇ ਹੋ ਤਾਂ ਕੀ ਲੱਗਦਾ ਤੁਹਾਨੂੰ ਕਿ ਉਹ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਹੋ ਜਾਂਦੇ ਨੇ ਲੋਕਡਾਊਨ ਕਾਰਨ ਉਹਦੇ 'ਤੇ ਤੁਹਾਡਾ ਕੋਈ ਨੁਕਸਾਨ ਨਹੀਂ ਹੋ ਰਿਹਾ ਸਾਡੇ ਦਾ ਕੋਈ ਫਰਕ ਨਹੀਂ ਪਿਆ ਇਸ ਚੀਜ਼ ਦਾ ਬਾਕੀ ਹਾਂ ਅਸੀਂ ਛਬੀਲ ਜੋ ਸਾਡੇ ਦਿਹਾੜੇ ਚੱਲਦੇ ਆ ਉਹਦਾ ਅਸੀਂ ਮਨਾਉਂਦੇ ਹਾਂ ਚਾਹੇ ਲੋਕਡਾਊਨ ਹੋਵੇ ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਦੇਸ਼ ਦੇ ਦਰਸ਼ਕਾਂ ਦਾ ਮੈਂ ਹਜੀਤ ਕੌਰ ਸਵਾਗਤ ਕਰਦੀ ਦਰਸ਼ਕੋ ਜਿੱਥੇ ਤੁਸੀਂ ਦੇਖਿਆ ਕਿ ਸਿੰਘੂ ਬਾਰਡਰ ਤੇ ਤੁਹਾਨੂੰ ਅਪਡੇਟ ਦੇ ਰਹੇ ਸੀ ਤਾਂ ਇੱਥੇ ਜਿੱਥੇ ਘੱਲੂਘਾਰੇ ਨੂੰ ਲੈ ਕੇ ਛਬੀਲਾਂ ਲੱਗਦੀਆਂ ਸੀ ਪਰ ਤੁਸੀਂ ਦੇਖੋ ਕਿ ਅਜੇ ਵੀ ਇੱਥੇ ਪੰਗੂਰ ਤੇ ਨੌਜਵਾਨਾਂ ਵੱਲੋਂ ਛਬੀਲਾਂ ਲਾਈਆਂ ਗਈਆਂ ਨੇ ਇੱਕ ਪਾਸੇ ਪੰਗੂਰ ਵਰਤਾਇਆ ਜਾ ਰਿਹਾ ਦੂਜੇ ਪਾਸੇ ਠੰਡੇ ਮਿੱਠੇ ਜਲ ਦੀ ਛਬੀਲ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਸ਼ਹਾਦਤਾਂ ਨੂੰ ਉਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਇਹਨਾਂ ਨੇ ਛਬੀਲਾਂ ਜਿਹੜੀਆਂ ਲਾਈਆਂ ਹੋਈਆਂ ਸੀ ਪਰ ਗਰਮੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਜਿੱਥੇ ਆਪਾਂ ਕਹੀਏ ਕਿ ਅੱਜ ਲੋਕਡਾਊਨ ਹਰ ਪਾਸੇ ਲੱਗਾ ਕਰੋਨਾ ਦੇ ਕਹਿਰ ਕਰਕੇ ਆਰਥਿਕ ਪੱਖੋਂ ਕਮਜ਼ੋਰੀ ਵੀ ਹੁੰਦੀ ਆ ਆਰਥਿਕ ਪੱਖੋਂ ਪੈਸੇ ਦੇ ਵਿੱਚ ਦਿੱਕਤ ਆਉਂਦੀ ਹੈ ਪਰ ਫਿਰ ਵੀ ਦੇਖੋ ਇਹ ਸਿੱਖ ਕੌਮ ਹੀ ਇੱਦਾਂ ਦੀ ਹੈ ਜਿਹੜੀ ਕਿ ਕਿਤੇ ਨਾ ਕਿਤੇ ਜੁਗਾੜ ਕਰਕੇ ਹਰ ਪਾਸੇ ਆਪਣਾ ਲੰਗਰ ਹੈ ਜਿਹੜਾ ਉਹ ਲਾ ਦਿੰਦੀ ਹੈਗੀ ਬੜੀ ਵੱਡੀ ਮਿਸਾਲ ਹੈ ਕਿ ਅੱਜ ਲੋਕਡਾਊਨ ਦੇ ਕਾਰਨ ਜਿੱਥੇ ਇੰਨੇ ਜ਼ਿਆਦਾ ਲੋਕਾਂ ਦਾ ਕੰਮ ਠੱਪ ਹੋ ਚੁੱਕਾ ਪਰ ਅਜੇ ਵੀ ਇਹਨਾਂ ਵੱਲੋਂ ਜਿਹੜੀਆਂ ਛਬੀਲਾਂ ਜਾਂ ਲੰਗਰ ਲਾਉਣੇ ਬੰਦ ਨਹੀਂ ਹੋਏਗੇ ਉਹ ਵੀ ਲਗਾਤਾਰ ਨਿਯੰਤਰਣ ਜਾਰੀ ਹੈ ਗੱਲਬਾਤ ਕਰਾਂਗੇ ਵੀਰਾਂ ਨਾਲ ਕਿ ਤੁਸੀਂ ਦੇਖੋ ਕਿ ਕਿੰਨੇ ਵੱਡੇ ਪੱਧਰ 'ਤੇ ਇਹਨਾਂ ਦੇ ਕੱਲ੍ਹ ਦੀ ਛਬੀਲ ਚੱਲ ਰਹੀ ਆ ਕੱਲ੍ਹ ਦਾ ਪੰਗੂਰ ਵੀ ਚੱਲ ਰਿਹਾ ਛਬੀਲ ਵੀ ਚੱਲ ਰਹੀ ਆ ਤਾਂ ਅੱਜ ਵੀ ਸਾਰਾ ਦਿਨ ਜਿਹੜੀ ਇਹਨਾਂ ਦੀ ਛਬੀਲ ਆ ਉਹ ਚੱਲ ਰਹੀ ਆ ਗੱਲਬਾਤ ਕਰ ਲਾਂਗੇ ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਅਸੀਂ ਅੱਜ ਕਿਸਾਨੀ ਅੰਦੋਲਨ ਨੂੰ ਚੱਲਦੇ ਹੋਏ ਜੋ ਛਬੀਲ ਆਈ ਹੈ ਅਸੀਂ ਜੋ ਆਪਣਾ ਘੱਲੂਘਾਰਾ ਹੋਇਆ ਸੀਗਾ ਜੀ 6 ਜੂਨ ਉਹਨੂੰ ਸਮਰਪਿਤ ਛਬੀਲ ਲਗਾਈ ਹੈ ਬਾਕੀ ਜਿਵੇਂ ਕਿ ਸਾਡੀ ਟਰਾਲੀ ਵੀ ਖੜ੍ਹੀ ਨੂੰ 6 ਮਹੀਨੇ ਹੋ ਗਏ ਇੱਥੇ ਸ਼ੁਰੂ ਤੋਂ ਹੀ ਇੱਥੇ ਆਏ ਹੋਏ ਆ ਸਾਡਾ ਜ਼ਿਲ੍ਹਾ ਰੋਪੜ ਪਿੰਡ ਡੇਕ ਵਾਲਾ ਜੀ ਭਾਈ ਜਗਤਾਰ ਸਿੰਘ ਤਾਰੇ ਵਾਲਾ ਪਿੰਡ ਹੈ ਜੀ ਨਜ਼ਰਬੰਦ ਬੜੈਲ ਜੇਲ੍ਹ ਹਾਂਜੀ ਸੋ ਇਹ ਸਾਡਾ ਪੂਰੇ NRI ਵੀਰ ਹੋ ਗਏ ਪਿੰਡ ਦੇ ਨੌਜਵਾਨ ਸਹਿਯੋਗ ਨਾਲ ਪਦਵੰਤੇ ਸੱਜਣ ਸਹਿਯੋਗ ਨਾਲ ਛਬੀਲ ਲਾਈ ਗਈ ਹੈ ਬਾਕੀ ਜਿਵੇਂ ਹੁਣ ਲੋਕਡਾਊਨ ਹੈਗਾ ਲੋਕਡਾਊਨ ਦੇ ਕਰਕੇ ਕੰਮ ਜਿਹੜੇ ਠੱਪ ਹੋ ਚੁੱਕੇ ਨੇ ਪਰ ਫਿਰ ਵੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਦੇਖੋ ਕਿੰਨਾ ਜ਼ਿਆਦਾ ਖਰਚਾ ਆ ਜਾਂਦਾ ਬਰਫ਼ ਵੀ ਲਿਆਉਣੀ ਖੰਡ ਦੇ ਗੱਟੇ ਵੀ ਤੁਸੀਂ ਲਿਆ ਕੇ ਇੱਥੇ ਜਿਹੜੀ ਛਬੀਲਾਂ ਵਰਤਾ ਰਹੇ ਹੋ ਤਾਂ ਕੀ ਲੱਗਦਾ ਤੁਹਾਨੂੰ ਕਿ ਉਹ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਹੋ ਜਾਂਦੇ ਨੇ ਲੋਕਡਾਊਨ ਕਾਰਨ ਉਹਦੇ 'ਤੇ ਤੁਹਾਡਾ ਕੋਈ ਨੁਕਸਾਨ ਨਹੀਂ ਹੋ ਰਿਹਾ ਨਹੀਂ ਸਾਡੇ ਦਾ ਕੋਈ ਫਰਕ ਨਹੀਂ ਪਿਆ ਇਸ ਚੀਜ਼ ਦਾ ਬਾਕੀ ਹਾਂ ਅਸੀਂ ਛਬੀਲ ਜੋ ਸਾਡੇ ਦਿਹਾੜੇ ਚੱਲਦੇ ਆ ਉਹਦਾ ਅਸੀਂ ਮਨਾਉਂਦੇ ਹਾਂ ਚਾਹੇ ਲੋਕਡਾਊਨ ਹੋਵੇ ਜਿਵੇਂ ਪਹਿਲਾਂ ਹੁਣ ਜਿਵੇਂ ਸਰਕਾਰ ਕਹਿੰਦੀ ਹੈ ਕਰੋਨਾ ਚੱਲਦਾ ਹੈ ਲੋਕਡਾਊਨ ਹੈ ਜਿਵੇਂ ਪਹਿਲਾਂ ਐਮਰਜੈਂਸੀ ਲੱਗੀ ਸੀਗੀ ਇੰਦਰਾ ਗਾਂਧੀ ਦੇ ਟਾਈਮ ਉਦੋਂ ਵੀ ਸੰਤਾਂ ਨੇ 37 ਜਲੂਸ ਕੱਢ ਕੇ ਐਮਰਜੈਂਸੀ ਤੋੜੀ ਸੀਗੀ ਸੋ ਐਵੇਂ ਹੀ ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਐਵੇਂ ਹੁਣ ਫਿਰ ਅਸੀਂ ਛਬੀਲਾਂ ਹਰਾ ਰਹੇ ਹਾਂ ਅੰਦੋਲਨ ਚੱਲ ਰਿਹਾ ਹੈ ਉਵੇਂ ਵੀ ਬਾਕੀ ਨੌਜਵਾਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਹੈ ਵੀ ਵੱਧ ਤੋਂ ਵੱਧ ਕਿਸਾਨੀ ਅੰਦੋਲਨ ਨਾਲ ਜੁੜੇ ਹੋ ਤਾਂ ਕਿ ਅਸੀਂ ਮੋਰਚਾ ਉਰੇ ਫਤਿਹ ਕਰਕੇ ਜਾਈਏ ਵਿੱਚ ਤੁਹਾਡਾ ਕੀ ਕਹਿਣਾ ਇੱਕ ਪਾਸੇ ਅਸੀਂ ਦੇਖ ਰਹੇ ਉੱਪਰ ਲਿਖਿਆ ਹੋਇਆ ਨੈਵਰ ਫੋਰਗੈਟ 1984 ਘੱਲੂਘਾਰੇ ਨੂੰ ਸਮਰਪਿਤ ਠੰਡੇ ਮਿੱਠੇ ਦੀ ਛਬੀਲ ਪਹਿਲਾਂ ਤਾਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਅੱਜ ਕਿਉਂ ਲੱਗਦਾ ਲੋਕਾਂ ਨੂੰ ਕਿ ਨੈਵਰ ਫੋਰਗੈਟ 1984 ਕਿਉਂ ਮਤਲਬ ਕਿ ਨਹੀਂ ਭੁੱਲਣਾ ਚਾਹੁੰਦੇ ਇਹ ਭੁੱਲਣ ਯੋਗ ਸਾਕਾ ਨਹੀਂ ਸਾਡੇ ਦਿਲਾਂ 'ਚ ਵਸਿਆ ਹੋਇਆ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਸਾਡਾ ਵਾਹਿਗੁਰੂ ਫਤਿਹ ਆਪ ਚੈਨਲ ਦੇ ਆਪ ਸਾਡੇ ਕੋਲ ਪਹੁੰਚੇ ਜੀ ਅਸੀਂ ਇਹ ਪਹਿਲਾਂ ਕੱਲ੍ਹ ਸਮਰ 1984 ਘੱਲੂਘਾਰੇ ਸਮਰਪਿਤ ਕੱਲ੍ਹ 6 ਤਰੀਕ ਨੂੰ 5 ਜੂਨ ਲਾਈ ਸੀ ਜੀ ਇਸ ਛਬੀਲ ਅਤੇ ਦੂਜਾ ਸਾਡਾ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਜੀ ਗਰਮੀ ਦਾ ਟਾਈਮ ਹੈ ਅਤੇ ਇਸ ਕਰਕੇ ਅਸੀਂ ਇਹ ਅੱਜ ਸ਼ਾਮ ਤੱਕ ਅਸੀਂ ਚਲਾਉਣੀ ਹੈ ਜੀ ਅਤੇ ਦੂਸਰਾ ਅਸੀਂ ਅੱਗੇ ਸਾਡੇ ਇਹ ਪਿੰਡ 'ਚ ਚੱਲਦੀ ਸੀ ਅੱਗੇ ਅਸੀਂ ਸਾਡੇ ਪਿੰਡ 'ਚ ਵੀ ਚਲਾਈ ਹੈ ਕੱਲ੍ਹ ਅਸੀਂ ਇਹ ਹਾਂ ਚੱਲਦੀ ਹੈ ਜੀ ਸਾਡੇ ਕੱਲ੍ਹ ਵੀ ਅਸੀਂ ਪਿੰਡ ਵੀ ਚਲਾਈ ਅਤੇ ਅੱਧੇ ਜਿਹੜੇ ਸਾਡੇ ਨੌਜਵਾਨ ਪਿੰਡ ਵਿੱਚ ਸੀ ਉਹਨਾਂ ਪਿੰਡ 'ਚ ਸੰਭਾਲਿਆ ਗਰਮੀਆਂ ਨੂੰ ਦੇਖ ਕੇ ਵੀ ਛਬੀਲਾਂ ਲਾਈਆਂ ਜਾਂਦੀਆਂ ਨੇ ਕਿਉਂਕਿ ਤਪਸ਼ ਬਹੁਤ ਜ਼ਿਆਦਾ ਪੈਂਦੀ ਆ ਤਾਂ ਕਿ ਲੋਕਾਂ ਨੂੰ ਠੰਡਕ ਪਹੁੰਚ ਸਕੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਜਾਂਦੀ ਹੈ ਤਾਂ ਕਿ ਪੂਰਾ ਮਹੀਨਾ ਚੱਲਦੀ ਰਹਿੰਦੀ ਹੈ ਹਾਂਜੀ ਲੋਕ ਬਦਲ ਬਦਲ ਕੇ ਅਲੱਗ ਅਲੱਗ ਪੂਰਾ ਮਹੀਨਾ ਚੱਲਦੀਆਂ ਜੀ ਇਹ ਅਤੇ ਲੰਘੇ ਸੀ ਲੋਕਾਂ ਨੂੰ ਮਤਲਬ ਮਹਿਸੂਸ ਅਹਿਸਾਸ ਹੁੰਦਾ ਰਹੇ ਜੀ ਇਸ ਚੀਜ਼ ਦਾ ਜੀ ਅਤੇ ਸਾਡੀ ਇੱਕ ਆਪਾਂ ਵੈਸੇ 26 ਨਵੰਬਰ ਤੋਂ ਇੱਥੇ ਖੜ੍ਹੇ ਸੀ ਜੀ ਗੱਡੀਆਂ 'ਤੇ ਆਏ ਸੀ ਜੀ ਅਸੀਂ
ਪਹਿਲਾਂ ਤਾਂ ਸਾਡੀ 6 ਤਰੀਕ ਨੂੰ ਸਾਡੀ ਟਰਾਲੀ ਨੂੰ ਵੀ ਉਰੇ 6 ਮਹੀਨੇ ਪੂਰੇ ਹੋ ਜਾਣੇ ਸੀ ਕੱਲ 6 ਤਰੀਕ ਨੂੰ, ਅਤੇ ਇਹਨਾਂ 84 ਦੇ ਕਰਕੇ ਅਸੀਂ ਸਮਰਪਿਤ ਅਸੀਂ ਸ਼ਿਵਰ ਲਗਾਈ ਦੀ ਜੀ। ਅਤੇ ਜਿਹੜੀ ਹੁਣ ਇਹ ਗਰਮੀ ਅਗਰ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਗਰਮੀ ਦਾ ਇਸ ਕਰਕੇ ਅਸੀਂ ਅੱਜ ਵੀ ਚਲਾਈਏ ਸ਼ਾਮ ਤੱਕ। ਕਿਵੇਂ ਦੇਖਦੇ ਹੋ ਕਿ ਜਿਹੜਾ ਕਿਸਾਨੀ ਅੰਦੋਲਨ ਦੇ ਨਾਲ ਵੀ ਬਦਲਾਵ ਆਇਆ, ਕਿਉਂਕਿ ਨੌਜਵਾਨਾਂ ਦੇ ਵਿੱਚ ਨਿਮਰਤਾ ਆਈ ਹੈ, ਸੇਵਾ ਭਾਵਨਾ ਦੇਖਣ ਨੂੰ ਮਿਲਦੀ ਹੈ, ਕਿਉਂਕਿ ਕਈ ਵਾਰ ਘਰੇ ਦੇਖਦੇ ਹੁੰਦੇ ਆ ਕਿ ਨੌਜਵਾਨ ਇੰਨਾ ਰੁਝਾਨ ਨਹੀਂ ਦਿਖਾਉਂਦੇ ਘਰ ਦੇ ਕੰਮਾਂ 'ਚ, ਪਰ ਇੱਥੇ ਹੱਦ ਤੱਕ ਅਸੀਂ ਦੇਖ ਰਹੇ ਹਾਂ ਕਿ ਉਹ ਸੇਵਾ ਵੀ ਕਰ ਰਹੇ ਨੇ, ਬਜ਼ੁਰਗਾਂ ਨੂੰ ਵੀ ਸਾਂਭ ਰਹੇ ਨੇ ਤਾਂ ਛਬੀਲਾ ਵੀ ਲਾ ਰਹੇ। ਇਹ ਜੀ ਬਿਲਕੁਲ ਸਹੀ ਗੱਲ ਹੈ ਜੀ, ਮੈਂ ਵੀ ਵੈਸੇ ਤਾਂ ਮੈਂ 6 ਮਹੀਨੇ ਤੋਂ ਇੱਥੇ ਹੀ ਹੋ ਜੀ, ਮੈਂ ਵੈਸੇ ਆਪਣੇ ਇੱਥੇ ਆਪਣੇ ਹੱਡ ਉੜਨੇ ਜੀ ਮਾਲਸ਼ ਕਰਦੇ ਬਜ਼ੁਰਗ ਕਰਦੇ ਜੀ, ਮੈਂ ਹੁਣ ਕਾਫੀ ਦਿਨ ਤੋਂ ਉੱਥੇ ਜਾਂਦਾ ਜੀ, ਕੋਈ 20-22 ਦਿਨ ਤੋਂ ਮੈਂ ਰੈਗੂਲਰ ਇੱਥੇ ਹੀ ਹੋਏ ਜੀ, ਅਤੇ ਉੱਥੇ ਜਾ ਕੇ ਮਹਿਸੂਸ ਹੋਇਆ ਜੀ ਜਿਹੜਾ, ਹਾਲਾਂਕਿ ਅਸੀਂ ਆਪਣੇ ਘਰਾਂ 'ਚ ਬਹੁਤਾ ਬਜ਼ੁਰਗਾਂ ਨੂੰ ਨਹੀਂ ਪਹਿਲਾਂ ਅਹਿਮੀਅਤ ਦਿੰਦੇ ਹੈਗੇ, ਪਰ ਇੱਥੇ ਆ ਕੇ ਮੈਨੂੰ ਖੁਦ ਨੂੰ ਇਹ ਮਹਿਸੂਸ ਹੋਇਆ ਵੀ ਆਪਾਂ ਇਹ ਚੀਜ਼ 'ਚ ਬਹੁਤ ਬਦਲਾਵ ਹੈ। ਮੈਂ ਹਾਂ ਇਤਿਹਾਸ ਨਾਲ ਜੁੜਦੇ ਜਿੱਦਾਂ ਕਿ ਆਪਣਾ ਹੁਣ ਆਪਾਂ ਮੈਂ ਬੱਚੇ ਆਪਣੇ ਮੁੰਡੇ ਜਿਹੜੇ ਨੌਜਵਾਨ ਆਪਣੇ ਕਈ ਪਹਿਲੀ ਵਾਰੀ ਆਏ ਆਪਣੇ ਨਾਲ ਸਾਡੇ ਨਾਲ ਵੀ, ਤਾਂ ਸਵੇਰੇ ਹੁਣ ਆਪਣੀ ਜਿਹੜੀ ਮੁਸਲਮਾਨ ਦੀ ਨਮਾਜ਼ ਵਗੈਰਾ ਪੜ੍ਹਦੇ ਉਹ ਚੱਲ ਰਹੀ ਸੀ, ਉਹ ਕਹਿੰਦੇ ਇਹ ਵੀ ਚੱਲਦੇ, ਮੈਂ ਕਿਹਾ ਵੀ ਆਪਾਂ ਤਾਂ 6 ਮਿੰਟ ਤੋਂ ਇੱਥੇ ਬੈਠੇ ਸੀ ਦੇਖਦੇ ਹਾਂ, ਸਾਡੇ ਉਰੇ ਤਿੰਨੇ ਧਰਮਾਂ ਦਾ ਸਾਰਾ ਕੁਝ ਹੁੰਦਾ ਜੀ, ਉਹ ਲੋਕ ਧਰਮ ਦੇ ਪੱਖੋਂ ਵੀ ਜੁੜ ਰਹੇ ਆ ਇੱਕ, ਮਤਲਬ ਹਾਂ ਜੀ ਤਾਂ ਇੱਕ ਧਰਮ ਸਭ ਦਾ ਮੁੱਦਾ ਜੀ ਇਸ ਦੇ ਨਾਲ। ਜੇ ਆਪਾਂ ਹਰਿਆਣੇ ਦੀ ਵੀ ਗੱਲ ਕਰ ਰਹੇ, ਛਬੀਲਾ ਕਰਕੇ ਵੀ ਲੋਕ ਜਾਗਰੂਕ ਹੋ ਰਹੇ, ਹਰਿਆਣਾ ਦੀ ਗੱਲ ਕਰੀਏ ਜਾਂ ਸਥਾਨਕ ਲੋਕ ਜਿਹੜਾ ਘੱਲੂਘਾਰ ਹੈ ਉਹਨਾਂ ਨੂੰ ਪਤਾ ਲੱਗ? ਹਾਂਜੀ ਉਹਨਾਂ ਨੂੰ ਪੂਰੀ ਤਰ੍ਹਾਂ ਚੱਲ ਜੀ, ਤੁਹਾਡੇ ਕੋਲ ਛਬੀਲਾ ਪੀ ਰਹੇ ਨੇ, ਉਹ ਪੁੱਛਦੇ ਵੀ ਪੁੱਛਦੇ ਜੀ, ਉਹ ਪੁੱਛਦੇ ਜੀ ਕਿ ਉਹ ਮਤਲਬ ਕੱਲ੍ਹ ਤਾਂ ਜੋ ਸੀ ਅਸੀਂ ਉਹਨੂੰ ਦੱਸਿਆ ਵੀ ਸਾਡਾ ਉਹਨੂੰ 1984 ਘੱਲੂਘਾਰ ਨੂੰ ਸਮਰਪਿਤ ਹੈ, ਅਸੀਂ ਦੱਸਿਆ ਕਿ ਸਾਨੂੰ ਪੁੱਛਦੇ ਆ, ਅਤੇ ਜਿਹੜਾ ਵੇਟ ਹਾਂ ਸਾਨੂੰ ਫੋਟੋ ਖਿੱਚ ਕੇ ਲੈ ਕੇ ਗਏ ਜੀ ਬਹੁਤ ਬੰਦੇ ਜੀ, ਬਹੁਤ ਜੋ ਆਉਂਦੇ ਜੀ ਆਪਣੇ ਦਿੱਲੀ ਵਾਲੇ ਜੋ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਜੀ, ਉਹ ਸਾਡੇ ਨਾਲ ਇੱਥੇ ਫੋਟੋਆਂ ਵੀ ਖਿੱਚ ਕੇ ਲੈ ਗਏ ਜੀ ਕੱਲ੍ਹ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿੰਡ ਡੇਕਵਾਲਾ ਜਗਤਾਰ ਸਿੰਘ ਦੇ ਪਿੰਡ 'ਤੇ ਹੈ, ਅਸੀਂ ਉਰਾ ਛਬੀਲ ਲਾਈ ਵੀ ਹੈ, ਸਾਨੂੰ 7 ਮਹੀਨੇ ਹੋ ਗਏ ਹਾਂ ਰਸਤੇ ਨੂੰ, ਹਮਾਰਾ ਜੋ ਕਿਸਾਨੀ ਹੈ ਜ਼ੁਲਮ ਉਹ ਚੱਲ ਰਿਹਾ ਹੈ, ਪੰਜਾਬੀ 'ਚ ਬੋਲੋ ਨਾ ਤੁਸੀਂ, ਹਾਂ ਬਾਕੀ ਇਹ ਸਾਡਾ ਚੱਲ ਰਿਹਾ ਹੈ ਪ੍ਰੋਗਰਾਮ, ਅਸੀਂ 6 ਮਹੀਨੇ ਤੁਹਾਨੂੰ ਹੋ ਚੁੱਕੇ ਨੇ, ਹੁਣ ਠੰਡੇ ਮਿੱਠੇ ਜਲਦੀਆਂ ਛਬੀਲਾਂ ਵੀ ਲੱਗ ਰਹੀਆਂ ਨੇ ਗਰਮੀ ਨੂੰ ਦੇਖਦਿਆਂ ਹੋਇਆਂ, ਪਰ ਸਰਕਾਰ 'ਤੇ ਕੋਈ ਅਸਰ ਨਹੀਂ ਹੋ ਰਿਹਾ? ਸਰਕਾਰ 'ਤੇ ਮੋਦੀ 'ਤੇ ਕੋਈ ਅਸਰ ਨਹੀਂ ਹੋ ਰਿਹਾ, ਇਹ ਸਾਡੇ ਨੌਜਵਾਨ ਸਭਾ ਜੋ ਇਹ ਵੀ ਜਾਣਾ ਨਹੀਂ ਚਾਹੁੰਦੀ, ਇਹ ਜੋ ਕਿਸਾਨ ਹੈ ਇਹ ਵੀ ਜਾਣਾ ਨਹੀਂ ਚਾਹੁੰਦੇ, ਜਿੰਨੇ ਕਿਸਾਨ ਜਮੇ ਬੈਠੇ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਸੀਗੇ ਕਿ ਤੁਸੀਂ ਕੁਛ ਗੁਣਗੁਣਾ ਰਹੇ ਸੀ ਉੱਥੇ, ਕੁਛ ਗਾ ਰਹੇ ਸੀ ਸਰਕਾਰ ਦੇ ਬਾਰੇ, ਅਸੀਂ ਚਾਹੁੰਦੇ ਕਿ ਸਾਡੇ ਕਾਹਨੂੰ ਉਹ ਮੁੰਡੇ ਇਤਰਾਜ਼ ਕਰਦੇ ਆ, ਉਹ ਕਹਿ ਰਹੇ ਗਾ ਦਿਓ ਤੁਸੀਂ, ਉਹ ਨਹੀਂ ਮੁੰਡੇ ਇਤਰਾਜ਼ ਕਰਦੇ ਕਾਹਨੂੰ। ਸੋ ਦਰਸ਼ਕ ਬਜ਼ੁਰਗ ਨੇ ਪਹਿਲਾਂ ਕੁਛ ਮਨ ਦੇ ਵਿੱਚ ਗੁਣਗੁਣਾ ਰਹੇ ਸੀ, ਕਿਉਂਕਿ ਅੱਜ ਹਰ ਇੱਕ ਬੈਠਾ ਇੱਥੇ ਕਿਸਾਨ ਦੁਖੀ ਹੈ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ, ਪਰ ਸਰਕਾਰ 'ਤੇ ਕੋਈ ਅਸਰ ਨਹੀਂ ਹੁੰਦਾ ਲੱਗਦਾ। ਬਾਪੂ ਜੀ ਬਜ਼ੁਰਗਾਂ ਦੇ ਨਾਂ ਪ੍ਰਤੀ ਜਿਹੜਾ ਹੁਣ ਨੌਜਵਾਨਾਂ ਦਾ ਪਿਆਰ ਦੇਖਣ ਨੂੰ ਮਿਲਿਆ, ਕਿਵੇਂ ਦੇਖਦੇ ਤੁਸੀਂ? ਇਹ ਪਿਆਰ ਬਹੁਤ ਹੈ, ਨੌਜਵਾਨ ਸਭਾ ਸਾਡੀ ਜੋ ਪਿੰਡ ਵਿਕੋਵਾਲੀ ਵਾਲੀ ਹੈ ਉਹਨਾਂ ਦਾ ਬਹੁਤ ਪਿਆਰ ਹੈ, ਇੱਧਰ ਨੂੰ ਬੜੇ ਇਹਨਾਂ ਦੀ ਚਾਹਨਾ ਹੈ। ਇਹ 7ਵਾਂ ਮਹੀਨਾ ਹੋ ਚੱਲਿਆ, ਇਹ ਨੌਜਵਾਨ ਸਭਾ ਸੇਵਾ ਕਰ ਰਹੀ ਹੈ, ਖਰਚਾ ਕਰ ਰਹੀ ਹੈ, ਪੈਸੇ ਇਕੱਠੇ ਕਰ ਰਹੇ ਹੈ, ਸਭ ਉਹ ਕਰ ਰਹੇ ਆਪਣਾ। ਸਾਨੂੰ ਕਹਿ ਰਹੇ ਵੀ ਤੁਸੀਂ ਉਹ ਹੈ, ਪਰ ਸਾਡੇ ਨਾਲ ਬਜ਼ੁਰਗ ਵੀ ਜੁੜ ਗਏ, ਪਹਿਲਾਂ ਸਾਨੂੰ ਮੇਰੇ ਘਰ ਦੇ ਵੀ ਸਾਨੂੰ ਗਾਲਾਂ ਕੱਢਦੇ ਸੀ ਕਿ ਤੁਸੀਂ ਇਕੱਲੇ ਉੱਥੇ ਕਿਉਂ ਬੈਠੇ, ਕਿਉਂਕਿ ਪਹਿਲਾਂ 2-3 ਮਹੀਨੇ ਆਪਾਂ 30 ਜਨਵਰੀ ਤੱਕ ਤਾਂ ਅਸੀਂ ਇੱਥੇ ਗਏ ਨਹੀਂ ਹੈਗੇ, ਅਤੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਡੈਡੀ ਇੱਕ ਦਿਨ ਆਏ ਉਰੇ ਵੀ ਚੱਲ ਮੈਨੂੰ ਗੱਲ ਮੈਂ ਕਿਹਾ ਤੁਸੀਂ ਜਾਓ, ਫਿਰ ਉਹ ਵਾਪਸ 20 ਦਿਨ ਨਹੀਂ ਗਏ ਹੈਗੇ, ਮਤਲਬ ਫਿਰ ਵਾਪਸ ਇਹ ਵੀ ਬਜ਼ੁਰਗ ਵੀ ਸਾਡੇ ਨਾਲ ਅਸੀਂ ਹੌਲੀ ਹੌਲੀ ਜੁੜ ਰਹੇ ਸਾਡੇ ਨਾਲ, ਪਹਿਲਾਂ ਅਸੀਂ ਆਏ ਸੀ ਪਹਿਲਾਂ ਸਾਨੂੰ ਗਾਲਾਂ ਕੱਢਦੇ ਸੀ, ਪਰ ਹੁਣ ਇਹ ਵੀ ਸਾਡੇ ਨਾਲ ਜੁੜ ਗਏ ਆ। ਜਿਸ ਹਿਸਾਬ ਦੇ ਨਾਲ ਅਸੀਂ ਦੇਖਦੇ ਕਿ ਅਸੀਂ ਹਰ ਪ੍ਰੋਗਰਾਮ ਕਈ ਵਾਰ ਕੋਈ ਦਰਬਾਰ ਸਾਹਿਬ ਕੋਈ ਜਿੱਥੇ ਵੱਖ ਵੱਖ ਸਥਾਨਾਂ 'ਤੇ ਪ੍ਰੋਗਰਾਮ ਉਲੀਕ ਕੇ ਹੁੰਦੇ ਨੇ, ਅਕਸਰ ਉੱਥੇ ਜਾਂਦੇ ਨੇ ਲੋਕ, ਪਰ ਅੱਜ ਸਿੰਘੂ ਦੀ ਧਰਤੀ 'ਤੇ ਬੈਠ ਕੇ ਹਰ ਇੱਕ ਪ੍ਰੋਗਰਾਮ ਮਨਾ ਰਹੇ ਨੇ, ਹਰ ਇੱਕ ਯਾਦ ਨੂੰ ਤਾਜ਼ਾ ਕਰ ਰਹੇ ਨੇ, ਕਿਵੇਂ ਦੇਖਦੇ? ਹਾਂਜੀ ਹੋਲਾ ਮਹੱਲਾ ਨਿਕਲਿਆ ਸੀ ਜੀ ਪਹਿਲਾਂ, ਉਸ ਟਾਈਮ ਮੈਂ ਹਾਂਜੀ ਵਿਸਾਖੀ ਵੀ ਇੱਥੇ ਮਿਲੀ, ਕਿਉਂਕਿ ਮੈਂ ਉਸ ਟਾਈਮ ਪਿੰਡ ਗਿਆ ਸੀ, ਮੇਰਾ ਬੇਟਾ ਔਰ ਇਹ ਸਾਡੀ ਸੀਨੀਅਰ ਮੀਤ ਪ੍ਰਧਾਨ ਜੀ ਮੁੰਡਾ ਇਹ ਇੱਥੇ ਹਾਜ਼ਰੀ ਲਵਾਈ, ਅਸੀਂ ਮਤਲਬ ਬਦਲ ਕੇ ਜਿਹੜਾ ਮੈਂਬਰ ਮਤਲਬ ਇੱਧਰ ਨਹੀਂ ਹੁੰਦਾ ਪਿਆ ਹਾਜ਼ਰੀ ਇੱਥੇ ਲਵਾਉਂਦੇ ਜੀ ਅਸੀਂ। ਹਾਂਜੀ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਨੇ ਸਥਾਨਕ ਲੋਕ ਛਕਣ ਆਉਂਦੇ ਨੇ, ਤਾਂ ਉਹਨਾਂ ਨੂੰ ਆਪਦੇ ਨਾਲ ਵੀ ਜੋੜਦੇ ਹੋ ਕਿ ਤੁਸੀਂ ਵੀ ਇੱਥੇ ਸੇਵਾ ਕਰ ਸਕਦੇ? ਸਾਡੇ ਨਾਲ ਅਸੀਂ ਇਕੱਲੀ ਸਾਡੇ ਪਿੰਡ ਮਤਲਬ ਸੇਵਾ ਤਾਂ ਸਾਰੇ ਕਰੀ ਜ਼ਰੂਰੀ ਸੀ, ਪਰ ਅਸੀਂ ਸ਼ੁਰੂਆਤ ਕੀਤੀ ਹੈ ਸਾਡੇ ਲਬਕ ਸਾਡਾ ਇਲਾਕਾ ਹੈ ਜਿਹੜਾ ਜੀ ਰੂਪਨਗਰ ਦੇ ਸਾਡੇ ਪਿੰਡ ਦੇ ਨੇੜੇ ਦੇ, ਕੱਲ੍ਹ ਸਾਰੇ ਬੰਦੇ ਉਹ ਸਾਡੇ ਨਾਲ ਸਪੋਰਟ ਕਰਕੇ ਗਏ ਜੀ ਉਰੇ, ਮਤਲਬ ਜੋ ਖਰਚਾ ਕਰਨਾ ਤੁਸੀਂ ਚਲੋ ਜਿਹਨਾਂ ਨੇ ਮੁਰੇ ਕੇ ਕਰਨਾ ਤਾਂ ਉਹ ਸਾਡੀ ਕਰਨ, ਸਾਡੇ NRI ਵੀਰ ਤਕਰੀਬਨ ਤੁਹਾਡਾ ਆ ਗਿਆ ਹੁਣ ਮਤਲਬ ਜੀ ਇਹ ਤਕਰੀਬਨ 50,000
ਤੱਕ ਪਹੁੰਚ ਚੁੱਕੇ ਹੈ ਜੀ। ਸਾਰਾ ਖਰਚਾ ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਇਹ ਸਾਡੇ ਜਿਹੜੀ ਪਿੰਡ ਦੇ ਪਹਿਲਾਂ ਸਾਡੇ ਪਿੰਡ ਤੋਂ ਇਕੱਠਾ ਕਰਿਆ ਸਾਰੇ ਨੌਜਵਾਨਾਂ ਨਾਲ ਕੇ ਸਾਰੇ ਪਿੰਡ ਦਾ ਸਹਿਯੋਗ ਹੈ, ਫਿਰ ਸਾਡੇ ਐਨ ਆਰ ਈ ਵੀਰ ਵੀ ਹੈਗੇ ਜੀ, ਕੁਝ ਸਾਨੂੰ ਦੋ ਤਿੰਨ ਬੋਰੀਆਂ ਚੀਨੀ ਦੇ ਉਰੇ ਵੀ ਲੋਕ ਸਾਨੂੰ ਦੇ ਗਏ ਜੀ। ਕਿਵੇਂ ਦੇਖਦੇ ਹੋ ਕਿ ਖਰਚਾ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਕੀਤਾ ਜਾ ਰਿਹਾ, ਉਹ ਅਰਬਾਂ ਰੁਪਇਆ ਇੱਥੇ ਖਰਚ ਹੋ ਰਿਹਾ ਜਿਹੜਾ ਅਸੀਂ ਆਪਣੇ ਪਿੰਡਾਂ ਦੇ ਵਿੱਚ ਖਰਚ ਕਰਨਾ ਸੀਗਾ, ਤਾਂ ਕਿਵੇਂ ਦੇਖਦੇ ਹੋ ਸਰਕਾਰ ਤੇ ਫਿਰ ਵੀ ਕੋਈ ਅਸਰ ਨਹੀਂ? ਸਰਕਾਰ ਤੇ ਅਸਰ ਪਵੇ ਨਾ ਪਵੇ, ਪਰ ਅਸੀਂ ਤਾਂ ਨਹੀਂ ਜਾਣਾ ਜੀ ਹੈਗਾ। ਹਾਂ ਜੀ, ਮੈਨੂੰ ਤੇ ਜੇ ਤੁਸੀਂ ਖਰਚਾ ਪੁੱਛੋ ਤਾਂ ਮੈਨੂੰ ਲੱਗਦਾ ਜੀ ਸਾਡਾ 5-6 ਲੱਖ ਰੁਪਏ ਹੁਣ ਤੱਕ ਆ ਚੁੱਕਿਆ ਹੋਣਾ ਜੀ, ਕਿਉਂਕਿ ਸਾਡਾ 2500-3000 ਰੁਪਏ ਸਾਡੀ ਗੱਡੀ ਦਾ ਖਰਚਾ ਹੁੰਦਾ, ਹਫ਼ਤੇ ਬਾਅਦ ਅਸੀਂ ਗੱਡੀ ਬਦਲਦੇ ਹਾਂ ਜੀ। ਹਾਂਜੀ ਹਾਂਜੀ, ਧੰਨਵਾਦ ਜੀ। ਸੋ ਦਰਸ਼ਕੋ, ਤੁਹਾਨੂੰ ਦਿਖਾ ਦੇਣੇ ਲੰਗਰ ਕਿੰਨਾ ਵਧੀਆ ਤੇ ਸਵਾਦਿਸ਼ਟ ਲੰਗਰ ਇੱਥੇ ਲੱਗਾ ਹੋਇਆ। ਇੱਕ ਪਾਸੇ ਠੰਡੇ ਮਿੱਠੇ ਜਲ ਦੀ ਛਬੀਲ ਆ, ਦੂਜੇ ਪਾਸੇ ਦੇਖੋ ਪੰਗੂਰ ਛੋਲੇ ਤੇ ਨਾਲ ਵਿੱਚ ਉਹਨਾਂ ਨੇ ਕੜਾਹ ਮਿਲਾ ਕੇ ਜਿਹੜਾ ਛਕਾਇਆ ਜਾ ਰਿਹਾ। ਇੱਕ ਪਾਸੇ ਤੁਸੀਂ ਦੇਖੋ ਕਿਸ ਤਰ੍ਹਾਂ ਬਰਫ਼ ਇੱਥੇ ਰੱਖੀ ਹੋਈ ਹੈ, ਰੂਹ ਅਫਸੇਵ ਦੀਆਂ ਬੋਤਲਾਂ ਰੱਖੀਆਂ ਹੋਈਆਂ ਤੇ ਕਿਸ ਤਰ੍ਹਾਂ ਸੋਫਾ ਵੀ ਟਰਾਲੀ ਦੇ ਵਿੱਚ ਰੱਖਿਆ ਹੋਇਆ, ਸਾਰਾ ਹੀ ਖਰਚਾ ਕੀਤਾ ਜਾ ਰਿਹਾ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ, ਦੇਖੋ ਤੁਸੀਂ ਕਿਸ ਤਰ੍ਹਾਂ ਗਲਾਸਾਂ ਦੇ ਵਿੱਚ ਪਾ ਕੇ ਛਬੀਲ ਆ ਜਿਹੜੀ ਉਹ ਵਰਤਾਈ ਜਾ ਰਹੀ ਹੈਗੀ ਆ। ਤਾਂ ਅਸੀਂ ਦੇਖ ਰਹੇ ਹਾਂ ਕਿ ਜਿਸ ਹਿਸਾਬ ਦੇ ਨਾਲ ਲੋਕਡਾਊਨ ਲੱਗਾ ਹੋਇਆ, ਖਰਚਾ ਬਹੁਤ ਜ਼ਿਆਦਾ ਕਿਸਾਨਾਂ ਦਾ ਹੋ ਰਿਹਾ, ਪਰ ਇੱਕ ਅਜਿਹੀ ਕਮਿਊਨਿਟੀ ਆ ਜਿਸ ਹਿਸਾਬ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹਰ ਪ੍ਰਕਾਰ ਦਾ ਲੰਗਰ ਚੱਲ ਰਿਹਾ, ਸਿੱਖਾਂ ਨੂੰ ਕਦੇ ਕੋਈ ਕਮੀ ਨਹੀਂ ਆਉਂਦੀ। ਉਹ ਇਸ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਉਹ ਕਿਸਾਨਾਂ ਨੂੰ ਕਿਸਾਨਾਂ ਦੇ ਰੋਟੀ ਪਾਣੀ ਹਰ ਇੱਕ ਲੰਗਰ ਦਾ ਇੰਤਜ਼ਾਮ ਇੱਥੇ ਲੱਗਾ ਹੋਇਆ ਹੈ। ਵੀਰ ਤੁਸੀਂ ਦੇਖ ਸਕਦੇ ਹੋ, ਛੱਕ ਰਹੇ ਹੋ, ਪਹਿਲਾਂ ਪੁੱਛਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਥੇ ਛਬੀਲ ਦਾ ਲੰਗਰ ਲੱਗਿਆ ਹੋਇਆ, ਤੁਸੀਂ ਛੱਕ ਰਹੇ ਹੋ ਨਾਲ ਪੰਗੂਰ ਲੱਗਿਆ, ਕਿਵੇਂ ਦੇਖਦੇ ਹੋ? ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਜੀ। ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਜੀ ਅੱਜ, ਅਤੇ ਸੰਗਤ ਆ ਰਹੀ ਹੈ, ਠੰਡਾ ਪਾਣੀ ਪੀ ਰਹੀ ਹੈ, ਛੋਲਿਆਂ ਦਾ ਲੰਗਰ ਛੱਕ ਰਹੀ ਹੈ ਜੀ, ਬਹੁਤ ਆਨੰਦ ਲੈ ਰਹੇ ਨੇ। ਠੀਕ ਆ ਜੀ, ਅਤੇ ਸੰਗਤ ਸਾਰੀ ਉੱਧਰ ਪੰਡਾਲ 'ਚ ਨੂੰ ਪਹੁੰਚ ਰਹੀ ਆ। ਸੀਗਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਲੈ ਕੇ ਛਬੀਲਾਂ ਲੱਗਦੀਆਂ ਹੁੰਦੀਆਂ ਸੀ, ਪਰ ਇੱਥੇ ਤਾਂ ਹੁਣ ਹਰ ਦਿਨ ਹੀ ਛਬੀਲ ਚੱਲਦੀ ਹੈ। ਇਹ ਪ੍ਰੋਗਰਾਮ ਹੀ ਇੱਦਾਂ ਦੇ, ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹਦੇ ਖਿਲਾਫ ਜੋ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ, ਉਹਦੇ ਲਈ ਵੀ ਇਹ ਬਹੁਤ ਵੱਡੀ ਜ਼ਰੂਰਤ ਆ, ਕਿਉਂਕਿ ਕਿਸਾਨ ਦੂਰ ਦੁਰਾਡੇ ਤੋਂ ਆਉਂਦਾ, ਲੁਧਿਆਣੇ ਤੋਂ ਆਉਂਦਾ, ਅੰਮ੍ਰਿਤਸਰ ਤੋਂ ਆਉਂਦਾ ਵਾ, ਪਟਿਆਲੇ ਤੋਂ, ਉਹਨਾਂ ਲਈ ਵੀ ਇਸ ਗੱਲ ਦੀ ਜ਼ਰੂਰਤ ਆ, ਔਰ ਗਰਮੀ ਵੀ ਬਹੁਤ ਪੈ ਰਹੀ ਆ, ਇਹਦੇ ਲਈ ਮਤਲਬ ਲੰਗਰ ਦੀ ਬਹੁਤ ਜ਼ਰੂਰਤ ਵੀ ਹੈ, ਅਤੇ ਸੰਗਤਾਂ ਬਹੁਤ ਸੇਵਾ ਕਰ ਰਹੀਆਂ ਨੇ, ਨੌਜਵਾਨ ਵੀਰ ਬਹੁਤ ਸੇਵਾ ਕਰ ਰਹੇ ਨੇ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਤੁਸੀਂ ਦੇਖ ਸਕਦੇ ਹੋ ਇੱਥੇ ਸਥਾਨਕ ਲੋਕਾਂ ਦੀ ਗੱਲ ਕਰਦੇ ਤਾਂ ਆਪਣੇ ਘਰ ਵਾਲੇ ਵੀ ਲੈ ਕੇ ਜਾ ਰਹੇ ਨੇ ਤਾਂ ਜੋ ਗਰਮੀ ਤੋਂ ਰਾਹਤ ਪਾ ਸਕਣ। ਤੁਸੀਂ ਦੇਖ ਸਕਦੇ ਹੋ ਵੀ ਇਹ ਉਹਨਾਂ ਦੇ ਹੱਥ 'ਚ ਕੈਨੀ ਹੈਗੀ ਹੈ ਜਿਹੜੀ ਕਿ ਉਹ ਇੱਥੋਂ ਭਰਾ ਕੇ ਲੈ ਕੇ ਜਾਣਗੇ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ। ਲੋਕ ਚਾਹੁੰਦੇ ਨੇ ਕਿ ਅਸੀਂ ਉਹ ਠੰਡੇ ਮਿੱਠੇ ਜਲ ਦੀ ਛਬੀਲ ਪੀ ਕੇ ਆਪਣੇ ਆਪ ਨੂੰ ਗਰਮੀ ਤੋਂ ਰਾਹਤ ਦੇ ਸਕੀਏ। ਸੋ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇੱਥੇ ਵੀਰ ਵੀ ਹੈਗੇ ਜਿਹੜੇ ਛਬੀਲ ਪੀਣ ਆਏ ਆ, ਗੱਲਬਾਤ ਕਰ ਲਾਂਗੇ। ਨਮਸਕਾਰ, ਨਮਸਕਾਰ। ਕੈਸੇ ਦੇਖਤੇ ਜੋ ਯਹਾਂ ਪਰ ਠੰਡੇ ਮਿੱਠੇ ਕੀ ਛਬੀਲ ਲੱਗੀ ਹੈ, ਗਰਮੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ? ਗਰਮੀ ਜ਼ਿਆਦਾ ਹੈ ਜੀ, ਲੋਕ ਸੇਵਾ ਆਪਣੀ ਵੀ ਕਰ ਰਹੇ, ਦੂਜੇ ਦੀ ਸੇਵਾ ਵੀ ਕਰ ਰਹੇ ਨੇ, ਅਸੀਂ ਲੋਕ ਤਾਂ ਵੈਸੇ ਸਾਰਾ ਛਬੀਲ ਦਾ ਵੈਸੇ ਸ਼ੌਕੀਨ ਹੈਗੇ ਹਾਂ, ਜਿੱਥੇ ਛਬੀਲ ਕਰਕੇ ਛਬੀਲ ਲਾਈ ਹੋਈ ਹੈ, ਗਰਮੀ ਕਰਕੇ ਲਾਈ ਹੈ, ਕਿਸਾਨ ਲੋਕ ਬੈਠੇ ਨੇ ਅਤੇ ਧੁੱਪ ਨਹੀਂ ਹੈ, ਆਪਣਾ ਦਰਸ਼ਨ ਚੱਲ ਰਿਹਾ ਹੈ, ਇਸ ਕਰਕੇ ਲਾਈ ਹੈ, ਮੇਰੀ ਗਰਮੀ ਨਹੀਂ, ਦਰਸ਼ਨ ਦੇ ਨਾਲ ਸੇਵਾ ਸੇਵਾ। ਤੁਹਾਨੂੰ ਦੱਸ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਨਿਰਾ ਵੀਰੇ ਭਾਈ ਛਬੀਲ ਇਸ ਕਰਕੇ ਲਿਆ ਜੀ, ਸੰਗਤ ਆਪਣੀ ਆ ਰਹੀ ਹੈ ਜਾ ਰਹੀ ਹੈ, ਗਰਮੀ ਦੇ ਵਿੱਚ ਕੋਈ ਬੰਦਾ ਗਰਮੀ ਤੋਂ ਸਿਹਤ ਉਹ ਪਾਣੀ ਠੰਡਾ ਪੀਏ ਅਤੇ ਆਪਣਾ ਸਾਰਾ ਸਹਿਯੋਗ ਦਿਓ, ਪਿੰਡਾਂ 'ਚ ਵੀ ਜਿਹੜਾ ਬੰਦਾ ਦੇਖਦਾ ਹੈ ਉਹੀ ਇਹੀ ਬੰਦਾ ਸੋਚੋ ਕਿ ਹਰ ਇੱਕ ਬੰਦਾ ਇੱਥੇ ਆ ਸਕੇ, ਨਿਰਾ ਪਿੰਡ ਬੈਠਿਆ ਨਹੀਂ ਕੁਝ ਬਣਦਾ। ਉੱਪਰ ਤਸਵੀਰ ਵੀ ਲੱਗੀ ਹੋਈ, ਆਪਨੇ ਕਦੇ ਪੁੱਛਣੇ ਕੀ ਕੋਸ਼ਿਸ਼ ਕੀ ਹੈ, ਆਪ ਸਥਾਨਕ ਲੋਕ ਹੈ? ਨਹੀਂ, ਮੈਂ ਦਿੱਲੀ ਗਏ। ਯਹਾਂ ਪੇ ਛਬੀਲ ਲੱਗੀ, ਆਪਨੇ ਪੁੱਛਾ ਕਭੀ ਇਨਸੇ ਵੀ ਇਹ ਛਬੀਲ? ਅਭੀ ਆਗੇ ਰੁਕੇ ਹੈ, ਜੇ ਦੇਖਾ ਹੈ ਤੋ ਹੁਣ ਤੱਕ ਗਾੜੀ ਖੜੀ ਕਰ ਰਹੀ ਹੈ। ਹਾਂਜੀ, ਬਹੁਤ ਬਹੁਤ ਧੰਨਵਾਦ। ਸੋ ਦਰਸ਼ਕੋ, ਤੁਸੀਂ ਦੇਖ ਸਕਦੇ ਦਿੱਲੀ ਦੇ ਲੋਕ ਜਿਹੜੇ ਲੰਘਦੇ ਨੇ ਉਹਨਾਂ ਨੂੰ ਵੀ ਗਰਮੀ ਤੋਂ ਰਾਹਤ ਦੇਣ ਵਾਸਤੇ ਛਬੀਲ ਆ ਜਿਹੜੀ ਉਹ ਲੱਗੀ ਹੋਈ ਆ। ਆਮ ਸਥਾਨਕ ਲੋਕ ਵੀ ਇੱਥੋਂ ਚੱਕਦੇ ਨੇ ਤਾਂ ਕਿਸਾਨੀ ਅੰਦੋਲਨ ਦੇ ਕਿਸਾਨ ਵੀ ਇੱਥੇ ਛਬੀਲ ਪੀ ਕੇ ਆਪਣੇ ਆਪ ਨੂੰ ਗਰਮੀ ਤੋਂ ਰਾਹਤ ਦਿੰਦੇ ਨੇ। ਸੋ ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ ਲਗਾਤਾਰ ਤੁਹਾਨੂੰ ਜੀ। ਇੱਕ ਹਰ ਇੱਕ ਇਨਸਾਨ ਨੂੰ ਪਿੰਡ ਦੇ ਵਿੱਚ, ਪਿੰਡਾਂ ਦੇ ਵਿੱਚ ਜਿਹੜਾ ਜਿਹੜਾ ਵੀਡੀਓ ਦੇਖਦਾ ਉਹਨੂੰ ਇਹੀ ਚਾਹੀਦਾ, ਮੇਰਾ ਦੇਖ ਕੇ ਆਪਾਂ ਆਹ ਨਾ ਕਰ ਜਿਹੜੀ ਆਹ ਨਾ ਜਿਹੜੀ, ਇੱਥੇ ਸਾਨੂੰ ਪਹੁੰਚਣਾ ਚਾਹੀਦਾ ਹੈ। ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਮੇਵਾਰੀ ਆਪ ਹੈ, ਕਿਸੇ ਕੋਈ ਦੂਜੇ ਦੀ ਜ਼ਿੰਮੇਵਾਰੀ ਤਾਂ ਰੱਖਣੀ, ਖੁਦ ਜ਼ਿੰਮੇਵਾਰੀ ਆਪਣੀ ਸਮਝ ਕੇ ਆਪ ਇੱਥੇ ਆਉਣਾ ਪਏਗਾ, ਆਪ ਸਾਨੂੰ ਕੋਈ ਕਰਨਾ ਪਏਗਾ, ਆਪਣੀ ਜ਼ਿੰਮੇਵਾਰੀ ਆਪ ਕਰਨੀ ਪਏਗੀ ਤਾਂ ਕਿ ਸਾਰਿਆਂ ਨੂੰ ਸੋਹਣਾ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਜਿੱਥੇ ਤੁਸੀਂ ਦੇਖਿਆ ਕਿ ਸ਼ਹੀਦਾਂ ਨੂੰ ਸਮਰਪਿਤ ਛਬੀਲਾਂ ਲੱਗਦੀਆਂ ਨੇ, ਉੱਥੇ ਗਰਮੀ ਤੋਂ ਵੀ ਰਾਹਤ ਦਿੱਤੀ ਜਾ ਰਹੀ ਆ। ਬਣੇ ਰਹੋ ਪੰਜਾਬ ਨਿਊਜ਼ ਨਾਲ, ਲਗਾਤਾਰ ਤੁਹਾਨੂੰ ਕਿਸਾਨੀ ਅੰਦੋਲਨ ਦੇ ਰੰਗ ਦਿਖਾਉਂਦੇ ਰਹਾਂਗੇ। ਤਦ ਤੱਕ ਲਈ ਇਜਾਜ਼ਤ ਦਾ ਧੰਨਵਾਦ।